ਸ਼੍ਰੀਕਾਲ ਜੀ, ਸਵਾਗਤ ਹੈ ਰੋਜ਼ਾਨਾ ਟਾਈਮ 'ਚ। ਇਸ ਵੇਲੇ ਦੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ, ਜਿੱਥੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਫੈਕਟਰੀ ਦੇ ਗੰਦੇ ਪਾਣੀ ਨੂੰ ਲੈ ਕੇ ਰੋਸ ਮਾਰਚ ਕੱਢਿਆ ਜਾ ਰਿਹਾ ਹੈ ਤੇ ਨਾਰੀਵਾਦੀ ਕੀਤੀ ਜਾ ਰਹੀ ਹੈ। ਕੀ ਨਾ ਬਾਈ ਦਾ? ਹਾਂਜੀ, ਮੈਂ ਸਤਨਾਮ ਸਿੰਘ ਮਾਣੋਚਾਲ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜ਼ਿਲ੍ਹਾ ਤਰਨ ਤਾਰਨ ਦਾ ਪ੍ਰਧਾਨ, ਸੂਬਾ ਕੋਰ ਕਮੇਟੀ ਦਾ ਮੈਂਬਰ ਜੀ। ਆ ਜਿਹੜਾ ਇਹ ਰੋਡ ਮਾਰਚ ਕੱਢਿਆ ਜਾ ਰਿਹਾ, ਤੁਹਾਡੇ ਵੱਲੋਂ ਕਿਸ ਕਾਰਨ ਲਈ ਕੱਢਿਆ ਜਾ ਰਿਹਾ ਜੀ ਇਹ? ਅੱਜ ਦਾ ਜਿਹੜਾ ਸਾਡਾ ਰੋਡ ਮਾਰਚ ਆ, ਇਸ ਕਰਕੇ ਆ ਵੀ ਜੋ ਅੱਜ ਦੇ ਹਾਲਾਤ ਆ, ਜਿਸ ਤਰ੍ਹਾਂ ਕਿ ਹਵਾ ਪਾਣੀ ਜਿਹੜਾ ਵਾ ਬਿਲਕੁਲ ਤਬਾਹ ਹੋ ਗਿਆ ਵਾ, ਬੁਰੀ ਹਾਲਤ ਆ, ਅਤੇ ਉਹ ਹਵਾ ਪਾਣੀ ਬਚਾਉਣ ਵਾਸਤੇ, ਵਾਤਾਵਰਨ ਨੂੰ ਬਚਾਉਣ ਵਾਸਤੇ ਅੱਜ ਦਾ ਰੋਡ ਮਾਰਚ ਆ। ਅਤੇ ਨਾਲ ਇਹਦੇ ਇਹ ਆ ਵੀ ਪਿਛਲੇ ਦਿਨੀ ਇੱਥੇ ਲੋਕਾ ਸ਼ਰਾਬ ਫੈਕਟਰੀ ਆ, ਉਹਦੇ ਲਾਗਲੇ ਲਾਗਲੇ ਬੋਰਾਂ ਦੇ ਵਿੱਚੋਂ ਜਿਹੜਾ ਵਾ ਪਾਣੀ, ਸ਼ਰਾਬ ਵਾਲਾ ਗੰਦਾ ਪਾਣੀ ਜਿਹੜਾ ਵਾ ਕੈਮੀਕਲ ਵਾਲਾ ਨਿਕਲਣ ਲੱਗ ਪਿਆ ਵਾ। ਅਤੇ ਉਸ ਮਸਲੇ ਨੂੰ ਲੈ ਕੇ ਵੀ ਇੱਥੇ ਸ਼ਰਾਬ ਫੈਕਟਰੀ ਜਿਹੜੀ ਆ ਉਹਦੇ ਵੀ ਬਰਖਿਲਾਫ ਜਿਹੜਾ ਵਾ ਰੋਡ ਮਾਰਚ ਆ, ਕਿਉਂਕਿ ਅੱਜ ਦਾ ਰੋਡ ਮਾਰਚ ਇਹ ਮੰਗ ਕਰਦਾ ਵਾ ਵੀ ਕਿਸੇ ਨੂੰ ਕੋਈ ਵੀ ਅਧਿਕਾਰ ਨਹੀਂ ਹੈਗਾ ਵੀ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਜੋ ਗੁਰੂ ਸਾਹਿਬ ਨੇ ਕਿਹਾ ਇਹਨੂੰ ਕੋਈ ਖਰਾਬ ਕਰੇ, ਪਰ ਇਹਨੂੰ ਖਰਾਬ ਕਰਨ 'ਤੇ ਪੂਰਾ ਜ਼ੋਰ ਲੱਗ ਰਿਹਾ। ਕਾਰਪੋਰੇਟ ਘਰਾਣੇ ਜਿਹੜੇ ਆ, ਕਾਰਪੋਰੇਟ ਜਗਤ ਜਿਹੜਾ ਵਾ ਉਹ ਬਿਲਕੁਲ ਤਬਾਹੀ ਦੇ ਕੰਢੇ 'ਤੇ ਪਾਣੀ ਲੈ ਗਿਆ, ਨਾਲ ਹਵਾ ਲੈ ਗਿਆ। ਇਸ ਕਰਕੇ ਜਿਹੜਾ ਵਾ ਰਾਣਾ ਸ਼ਰਾਬ ਫੈਕਟਰੀ ਜਿਹੜੀ ਆ ਲੋਕਾਂ ਦੇ ਵਿੱਚ ਆ, ਇਹਦੇ ਆਲੇ ਦੁਆਲੇ ਦਾ ਪਾਣੀ ਬਿਲਕੁਲ ਗੰਦਾ ਹੋ ਗਿਆ। ਅੱਜ ਦੀ ਸਾਡੀ ਮੰਗ ਇਸ ਰੋਡ ਮਾਰਚ ਦੀ, ਨਾ ਤਾਂ ਲੋਕਾਂ ਨੂੰ ਜਾਗਰੂਕ ਕਰਾਂਗੇ ਅਤੇ ਨਾ ਜਿਹੜਾ ਵਾ ਇਹ ਆਪਦੇ ਪਾਣੀ ਦੇ ਟ੍ਰੀਟਮੈਂਟ ਸਹੀ ਕਰਨ, ਟ੍ਰੀਟਮੈਂਟ ਲਾ ਕੇ ਇਹਨਾਂ ਮਸ਼ੀਨਾਂ ਨੂੰ ਚਲਾਉਣ ਜੋ ਆ, ਅਤੇ ਜੇ ਇਤਨਾ ਪਾਣੀ ਇਹਨਾਂ ਨੇ ਥੱਲੇ ਬੋਰਾਂ ਰਾਹੀਂ ਪਾਉਣਾ ਵਾ ਅਤੇ ਫਿਰ ਆਉਣ ਵਾਲੇ ਦਿਨਾਂ 'ਚ ਇੱਥੇ ਵੱਡੇ ਮੋਰਚੇ ਲਾ ਕੇ ਇਹਨੂੰ ਬੰਦ ਵੀ ਕਰਾਇਆ ਜਾ ਸਕਦਾ ਜੀ। ਇਹ ਆ ਕੀ ਨਾ ਪ੍ਰਧਾਨ ਜੀ ਆਪਣੇ? ਮੈਂ ਰੇਸ਼ਮ ਸਿੰਘ, ਭੁਰਕਵਿੰਡ ਜ਼ਿਲ੍ਹਾ, ਮੀਤ ਪ੍ਰਧਾਨ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ। ਕੀ ਕਾਰਨ ਕੀ ਹੈ ਜੀ ਜਿਹੜਾ ਅਜੇ ਰੋਡ ਮਾਰਚ ਕਰਨਾ ਪੈ ਗਿਆ? ਕਾਰਨ ਤੁਸੀਂ ਦੇਖ ਰਹੇ ਜੀ, ਸਾਡਾ ਹਵਾ ਪਾਣੀ ਵਾਤਾਵਰਨ ਲਗਾਤਾਰ ਜਿਹੜਾ ਉਹ ਪ੍ਰਦੂਸ਼ਿਤ ਹੁੰਦਾ ਜਾ ਰਿਹਾ ਵਾ, ਲੋਕ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਆ। ਤੁਸੀਂ ਵੇਖ ਰਹੇ ਹੋ ਹਸਪਤਾਲਾਂ ਜਾ ਕੇ ਲੋਕਾਂ ਦੀ ਕੀ ਹਾਲਤ ਹੋ ਰਹੀ ਆ। ਜ਼ਿਆਦਾ ਕਾਰਨ ਇਹ ਸਾਡੇ ਪਾਣੀਆਂ ਦਾ ਬਿਮਾਰੀ ਆ ਜਿਹੜੀ ਇਹ ਫੈਲਦੀ ਆ। ਹੁਣ ਤੁਸੀਂ ਪਿੱਛੇ ਵੇਖਿਆ ਹੋਊਗਾ ਜੀਰਾ ਫੈਕਟਰੀ ਦੇ ਵਿੱਚ ਜੋ 60-70 ਪਿੰਡ ਇੰਨੇ ਪ੍ਰਭਾਵਿਤ ਹੋ ਗਏ ਵੀ ਤੁਸੀਂ ਘਰ ਜਾ ਕੇ ਵੇਖੋ, ਹਰ ਘਰ ਦੇ ਵਿੱਚ 2-2 ਬੈੱਡ ਵਾ ਜਿਹੜੇ ਉੱਥੇ ਬਿਮਾਰ ਉਹਨਾਂ ਦੇ ਪਏ ਆ, ਔਰ ਉਹਨਾਂ ਨੂੰ ਵਿਚਾਰਿਆਂ ਦੇਰ ਆਏ ਦਰੁਸਤ ਆਏ ਜਦੋਂ ਪਿੰਡ ਵਾਲਿਆਂ ਵੇਖਿਆ ਵੀ ਅਸੀਂ ਬਿਮਾਰ ਕਿਉਂ ਹੋ ਰਹੇ ਹਾਂ। ਫੈਕਟਰੀ ਆ ਜਿਹੜੇ ਗੰਦਾ ਪਾਣੀ ਆ ਜਿਹੜਾ ਉਹ ਜ਼ਮੀਨ 'ਚ ਪਾ ਰਿਹਾ ਬੜੇ ਬੜੇ ਬੋਰ ਕਰਕੇ, ਉਹ ਜਿਹੜਾ ਦੀਪ ਮਲਹੋਤਰਾ ਵਾ ਉਹ ਸਰਕਾਰਾਂ ਦਾ ਨੁਮਾਇੰਦਾ ਵਾ, ਅਤੇ ਵੱਡੀ ਤਾਦਾਦ 'ਚ ਉਹਨੇ ਜਿਹੜਾ ਉਹ ਬਰਬਾਦੀ ਉੱਧਰ ਕੀਤੀ, ਅਤੇ ਫਿਰ ਪਿੰਡ ਵਾਲੇ ਲੋਕ ਜਾ ਕੇ ਇਹ ਤੁਸੀਂ ਵੇਖਿਆ ਉਹਦਾ ਕੀ ਹੱਸਦਾ, ਜਥੇਬੰਦੀਆਂ ਫਿਰ ਉਹਦੇ ਸਾਥ ਚਲੇ ਗਈਆਂ ਅਤੇ ਉਹ ਫੈਕਟਰੀ ਆ ਜਿਹੜੀ ਉਹਨੂੰ ਬੰਦ ਕਰਨੀ ਪਈ, ਕਿਉਂਕਿ ਨਲਾਇਕੀ ਆ ਹਮੇਸ਼ਾ ਹੀ ਇਹ ਜਿਹੜੀਆਂ ਫੈਕਟਰੀਆਂ ਜਦੋਂ ਲੱਗਦੀਆਂ ਇਹਨਾਂ ਨੂੰ ਤੁਸੀਂ ਵੇਖਿਆ ਬਹੁਤ ਸਬਸਿਡੀਆਂ ਵੱਡੀਆਂ ਵੱਡੀਆਂ ਮਿਲਦੀਆਂ ਵਾ। ਉਹ ਕਿਉਂ ਮਿਲਦੀਆਂ? ਉਹ ਮਿਲਦੀਆਂ ਵਾ ਵੀ ਤੁਸੀਂ ਟ੍ਰੀਟਮੈਂਟ ਪਲਾਂਟ ਲਾਓ, ਜਿਹੜਾ ਗੰਦਾ ਪਾਣੀ ਆ ਉਹਨੂੰ ਸਾਫ਼ ਕਰਕੇ ਲੋਕਾਂ ਵਾਸਤੇ ਖੇਤੀ ਵਾਸਤੇ ਵਰਤਿਆ ਜਾ ਸਕਦਾ ਵਾ। ਪਰ ਜੇ ਸੋਚਣ ਵੀ ਅਸੀਂ ਜ਼ਮੀਨ ਦੇ ਵਿੱਚ ਹੀ ਸਾਰਾ ਕੁਛ ਉਹ ਕਰ ਦਈਏ, ਉਹ ਬਿਲਕੁਲ ਨਹੀਂ ਹੁਣ ਦਿੱਤਾ ਜਾਊਗਾ। ਅੱਜ ਅਸੀਂ ਇਹ ਜਿਹੜਾ ਲੋਕਾਂ ਫੈਕਟਰੀ ਆ ਰਾਣੇ ਦੀ ਉਹਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਇਸੇ ਤਰ੍ਹਾਂ ਹੀ ਕਰੀਏ ਸਹੂਲਤ ਰਹੀ, ਕਿਉਂਕਿ ਪਾਣੀ ਵੇਖਿਆ ਤੁਸੀਂ, ਵੀਡੀਓ ਵੇਖੀ ਆ, ਇਹ ਲਾਗੇ ਬੰਨੇ ਜਿੰਨੇ ਵੀ ਬੋਰ ਚੱਲ ਰਹੇ ਆ ਉਹ 'ਤੇ ਗੰਦਾ ਪਾਣੀ ਜਿਹੜਾ ਆਉਣਾ ਸ਼ੁਰੂ ਹੋ ਗਿਆ, ਅਜੇ ਸ਼ੁਰੂਆਤ ਹੋਈ ਆ। ਪਰ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਜਿਹੜਾ ਇਹ ਸਾਡੀ ਬਰਬਾਦੀ ਵੱਲ ਜਾਊਗਾ, ਬਿਲਕੁਲ ਇਹ ਨਹੀਂ ਹੋਣ ਦੇਵਾਂਗੇ। ਜੇ ਰਾਣੇ ਨੇ ਅੱਜ ਦੇ ਇਹ ਕੱਟ ਨੂੰ ਵੇਖ ਲੈਣਾ ਚਾਹੀਦਾ ਵੀ ਇਹ ਲੋਕਾਂ ਨੂੰ ਪਤਾ ਲੱਗ ਗਿਆ ਮੇਰੀਆਂ ਕਰਤੂਤਾਂ ਕੀ ਆ, ਮੈਂ ਕੀ ਕਰ ਰਿਹਾ। ਆਉਣ ਵਾਲੇ ਸਮੇਂ 'ਚ ਪੱਕਾ ਮੋਰਚਾ ਲਾਵਾਂਗੇ ਅਤੇ ਫਿਰ ਇਹਨੂੰ ਬੰਦ ਕਰਨ 'ਤੇ ਮਜਬੂਰ ਕਰ ਦਾਂਗੇ। ਹਾਂਜੀ, ਕੀ ਨਾਮ ਪ੍ਰਧਾਨ? ਕਿਸਾਨ ਮਜ਼ਦੂਰ ਸੰਘਰਸ਼ ਸੇਵਾਦਾਰ ਮੇਹਰ ਸਿੰਘ ਤਲਵੰਡੀ ਬੋਲਦਾ। ਜਿਹੜਾ ਇਹ ਰੋਡ ਮਾਰਚ ਤੁਸੀਂ ਕੱਢ ਰਹੇ ਜੀ, ਇਹ ਜੀਰਾ ਸ਼ਰਾਬ ਆ ਜਿਹੜੀ ਲੋਕਾਂ ਸ਼ਰਾਬ ਮਿਲ ਰਿਹਾ, ਇਸ ਨੂੰ ਲੈ ਕੇ ਕੱਢ ਰਹੇ ਕਿ ਹੋਰ ਕਾਰਨ? ਦੇਖੋ ਜੀ, ਰੋਡ ਮਾਰਚ ਸਾਡਾ ਜਿਹੜਾ ਵਾ ਉਹ ਸਰਕਾਰ ਦੀਆਂ ਨਾਕਾਮੀਆਂ 'ਤੇ ਹਰ ਪੱਖ ਤੋਂ ਹੀ, ਜਿਹੜਾ ਤਰਨ ਤਾਰਨ ਜ਼ਿਲ੍ਹਾ ਵਾ ਇਹਦੇ ਵਿੱਚ ਅਸੀਂ ਰੋਡ ਮਾਰਚ ਕਰਕੇ ਅਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਅੱਜ ਤੁਰਨ ਲੱਗੇ ਇੱਥੋਂ ਕੈਰੋਂ ਤੋਂ। ਅਤੇ ਜਿਹੜੀ ਲੋਕਾ ਫੈਕਟਰੀ ਆ ਇਹਦੇ ਕਾਰਨ ਲਾਗੇ ਲਾਗੇ ਜਿੰਨੇ ਵੀ ਪਿੰਡ ਆ, ਅਜਵੰਧਾ ਵਾ, ਕੈਰੋਂ ਆ, ਸਰਿਆਲੀ ਆ, ਨਾਲੇ ਲੈਣ ਲੱਗਦੇ ਜਿਹੜੇ ਇਲਾਕੇ ਘੱਟ ਤੋਂ ਘੱਟ ਕਿ ਜੇ ਆਪਾਂ ਗਿਣ ਲਈਏ 30-35 ਕਿਲੋਮੀਟਰ ਦੇ ਵਿੱਚ ਜਿਹੜਾ ਪਾਣੀ ਧਰਤੀ ਵਾਲਾ ਉਹ ਇਹਦੇ ਕਾਰਨ ਖਰਾਬ ਹੋ ਚੁੱਕਾ ਵਾ। ਇਹਦੇ ਸਾਨੂੰ ਲੋਕਾ ਫੈਕਟਰੀ ਦੇ ਮਾਲਕ ਗੁਰਜੀਤ ਰਾਣਾ ਜਿਹੜਾ ਵਾ ਉਹਨੂੰ ਇੱਕ ਸੁਨੇਹਾ ਵੀ ਆ ਲੋਕਾਂ ਵੱਲੋਂ ਅਤੇ ਚੇਤਾਵਨੀ ਵੀ ਆ ਕਿ ਜੇ ਟ੍ਰੀਟਮੈਂਟ ਪਲਾਂਟ ਲਾ ਕੇ ਇਹਦਾ ਸੋਧ ਨਾ ਕੀਤਾ ਪਾਣੀ ਦਾ, ਇਸੇ ਤਰ੍ਹਾਂ ਗੰਦਾ ਪਾਣੀ ਜਿਹੜਾ ਧਰਤੀ ਦੇ ਵਿੱਚ ਪਾਇਆ
ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖਿਲਵਾੜ ਕੀਤਾ ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜਿਹੜੀ ਆ ਅਤੇ ਲੋਕ ਜਿਹੜੇ ਆ ਇਹ ਬਰਦਾਸ਼ਤ ਨਹੀਂ ਕਰਨ ਦੇ ਆਉਣਲੇ ਸਮੇਂ ਦੇ ਵਿੱਚ ਜਿਵੇਂ ਜੀਰਾ ਫੈਕਟਰੀ ਦਾ ਗੰਦਾ ਪਾਣੀ ਹੋਣ ਕਾਰਨ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਉਹਨਾਂ ਨੇ ਖੇਡਿਆ ਸੀ। ਇਸੇ ਤਰ੍ਹਾਂ ਅਸੀਂ ਇੱਥੇ ਵੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜਿਹੜੀ ਆ ਉਹ ਲੋਕਾਂ ਦੀਆਂ ਜ਼ਿੰਦਗੀਆਂ ਬਰਬਾਦ ਨਹੀਂ ਹੋਣ ਦੂਗੀ। ਜੇ ਇੱਥੇ ਸੰਘਰਸ਼ ਲੜਨਾ ਪਿਆ ਸਾਨੂੰ ਕੋਈ ਧਰਨਾਪਤ ਵੀ ਲਾਉਣਾ ਪਿਆ ਅਤੇ ਆਉਣਲੇ ਸਮੇਂ ਦੇ ਵਿੱਚ ਸੂਬਾ ਕੋਰ ਕਮੇਟੀ ਮੀਟਿੰਗ ਲਾ ਕੇ ਇਹਦੇ 'ਤੇ ਤੈਅ ਕਰੂਗੀ। ਅੱਜ ਜਾਗਰੂ ਰੈਲੀ ਆ, ਜੇ ਤਾਂ ਰਾਣਾ ਗੁਰਜੀਤ ਜਿਹੜਾ ਉਹ ਸਮਝ ਗਿਆ ਟ੍ਰੀਟਮੈਂਟ ਪਾਉਣ ਲਾ ਲਏ ਉਹਨੇ ਪਾਣੀ ਨਾ ਗੰਦਾ ਧਰਤੀ 'ਚ ਪਾਇਆ ਇਹਦੇ 'ਤੇ ਫਿਰ ਉਸ ਹਿਸਾਬ ਨਾਲ ਚੱਲਿਆ ਜਾਊਗਾ। ਨਹੀਂ ਤਾਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਲੋਕਾਂ ਨੂੰ ਇਕੱਠਿਆਂ ਕਰਕੇ ਲੋਕਾਂ ਦਾ ਸਾਥ ਲੈ ਕੇ ਲਾਗੇ ਵਾਲੇ ਪਿੰਡਾਂ ਦਾ ਸਾਥ ਲੈ ਕੇ ਅਤੇ ਜਿਹੜੀ ਜੀਰਾ ਫੈਕਟਰੀ ਪਾਣੀ ਗੰਦਾ ਕਰ ਰਹੀ ਆ ਉਹ ਨਹੀਂ ਗੰਦਾ ਕਰਦੇ। ਅਤੇ ਉੱਥੇ ਹੀ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਲੋਕਾਂ ਦੇ ਖੇਤਾਂ ਵਿੱਚੋਂ ਗੰਦਲੇ ਪਾਣੀ ਨੂੰ ਲੈ ਕੇ ਪਹਿਲਾਂ ਕਾਫੀ ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ ਹੋਈ ਸੀ ਅਤੇ ਜਿਸ ਦੇ ਚੱਲਦੇ ਉਹਨਾਂ ਵੱਲੋਂ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਵੀ ਸ਼ਿਕਾਇਤ ਕੀਤੀ ਗਈ ਸੀ ਅਤੇ ਉਹਨਾਂ ਨੂੰ ਕਿਹਾ ਗਿਆ ਸੀ ਕਿ ਪਾਣੀ ਦੇ ਸੈਂਪਲ ਲਏ ਜਾਣ ਅਤੇ ਜਿਸ ਦੇ ਚੱਲਦੇ ਫੈਕਟਰੀ ਦੇ ਮਾਲਕ ਨੂੰ ਵੀ ਅਪੀਲ ਕੀਤੀ ਗਈ ਸੀ ਅਤੇ ਸਾਡੀ ਕੋਈ ਕਾਰਵਾਈ ਨਹੀਂ ਕੀਤੀ ਗਈ ਅਤੇ ਜਿਸ ਦੇ ਚੱਲਦੇ ਕਿਸਾਨਾਂ ਵੱਲੋਂ ਰੋਸ ਮਾਰਚ ਕੱਢਿਆ ਜਾ ਰਿਹਾ ਹੈ।